ਬਾਬਾ ਨੰਦ ਸਿੰਘ ਸਾਹਿਬ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਸਾਹਿਬ ਸ੍ਰੀ ਗ੍ਰੰਥ ਸਾਹਿਬ ਦੇ ਨਾਮ ਦੇ ਉੱਤੇ ਆਪਣਾ ਨਾਮੋ ਨਿਸ਼ਾਨ ਮਚਾਤਾ ਸੀ। ਸਾਰੀ ਉਮਰ ਆਪਣਾ ਨਾਮ ਨਹੀਂ ਵਿਚਾਰ ਦਿੱਤਾ, ਸਾਰੀ ਵਡਿਆਈ ਗੁਰੂ ਨਾਨਕ ਨਿਰੰਕਾਰ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ। ਆਪਣੀ ਪਕੜ ਕੋਈ ਨਹੀਂ ਸੀ ਕਿਸੇ ਕੋਲੋਂ, ਆਪਣੇ ਚਰਨਾਂ ਦੇ ਉੱਤੇ ਮੱਥਾ ਤੱਕ ਨਹੀਂ ਟਿਕਾਇਆ, ਕਿਉਂਕਿ ਪਕੜ ਹੀ ਕੋਈ ਨਹੀਂ ਸੀ। ਆਪਣੇ ਨਾਲ ਕਿਸੇ ਨੂੰ ਜੋੜਿਆ ਤੱਕ ਨਹੀਂ ਸਾਰੀ ਜ਼ਿੰਦਗੀ। ਉਸ ਵੇਲੇ ਸਾਹਿਬ ਇਹ ਬਖਸ਼ਿਸ਼ਾਂ ਕਰਵਾ ਰਹੇ ਹਨ, ਸਾਰੀ ਵਡਿਆਈ ਦੇ ਰਹੇ ਹਨ ਗੁਰੂ ਨਾਨਕ ਨਿਰੰਕਾਰ ਨੂੰ। ਉਹ ਚਰਨ ਕਮਲਾਂ ਦਾ ਪ੍ਰਕਾਸ਼ ਸੀ ਜਿਸ ਨਿਮਰਤਾ ਅਤੇ ਗਰੀਬੀ ਦੇ ਪ੍ਰਕਾਸ਼ ਦੇ ਵਿੱਚ ਉਹ ਵਰਤ ਰਿਹਾ ਹੈ। ਸਾਰੀ ਵਡਿਆਈ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਨਾਨਕ ਨੂੰ ਦੇ ਕੇ ਸਾਰੀ ਦੁਨੀਆ ਦਾ ਕਲਿਆਣ ਕਰਾਈ ਜਾ ਰਹੀ। ਬਾਬਾ ਨੰਦ ਸਿੰਘ ਸਾਹਿਬ ਜਿਨ੍ਹਾਂ ਨੇ ਇਹ ਮਾਇਆ ਦੇ ਸੰਸਾਰ ਦਾ ਪੂਰਨ ਤਿਆਗ ਕੀਤਾ ਹੋਇਆ ਸੀ, ਇੱਕ ਵੀ ਮਾਇਆ ਦਾ ਸੁੱਖ ਸਾਰੀ ਜ਼ਿੰਦਗੀ 'ਚ ਨਹੀਂ ਮਾਣਿਆ। ਸਾਧ ਸੰਗਤ ਜੀ ਪੂਰਨ ਤੌਰ 'ਤੇ ਇੱਛਾ ਰਹਿਤ ਸਨ, ਇੱਕ ਵੀ ਫੁਰਨਾ ਨਹੀਂ ਸੀ। ਸਾਧ ਸੰਗਤ ਜੀ ਨਿਸ਼ਕਾਮਤਾ ਦੇ ਵਿੱਚ ਪੂਰਨ ਪ੍ਰਕਾਸ਼ ਹੀ ਪ੍ਰਕਾਸ਼ ਸਨ, ਇੱਕ ਵੀ ਚੀਜ਼ ਕਦੀ ਸਾਹਿਬ ਤੋਂ ਨਹੀਂ ਮੰਗੀ, ਜੇ ਮੰਗੀ ਹੈ ਤਾਂ ਅੱਜ ਮੰਗ ਕੀ ਰਹੇ ਹਨ। ਸਾਰੀ ਸੰਸਾਰ ਦੇ ਨਸਤਾਰਾ ਮੰਗ ਰਹੇ ਹਨ ਗੁਰੂ ਨਾਨਕ ਪਾਤਸ਼ਾਹ ਤੋਂ। ਉਹ ਬਾਬਾ ਨੰਦ ਸਿੰਘ ਸਾਹਿਬ ਅੱਜ ਗੁਰੂ ਨਾਨਕ ਪਾਤਸ਼ਾਹ ਦੀ ਨਿਮਰਤਾ ਅਤੇ ਗਰੀਬੀ ਦੇ ਦਰਸ਼ਨ ਕਰ ਰਹੇ ਸੀ ਅਸੀਂ। ਉਸ ਨਿਮਰਤਾ ਅਤੇ ਗਰੀਬੀ 'ਤੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਤੋਂ ਸਾਰੀਆਂ ਬਖਸ਼ਿਸ਼ਾਂ ਇਹ ਸੰਸਾਰ ਦੇ ਉੱਤੇ ਲਟਾ ਰਿਹਾ ਹੈ। ਗੁਰੂ ਨਾਨਕ ਦੇ ਪਿਆਰ
ਡਿੱਗ ਤੇਰੀ ਦਲੀਜ਼ ਤੇ ਵਰਨ ਚਾਰੇ ਬਣਿਆ ਕੁੱਲ ਆਲਮ ਸੇਵਾਦਾਰ ਤੇਰਾ ਪਵ ਸਾਗਰ ਤੋਂ ਉਹ ਤਰ ਗਿਆ ਜਿਨੇ ਦੀਦਾਰ ਬਾਬਿਆਂ ਦਾ ਕੀਤਾ ਲੱਖਾਂ ਹੀ ਸ਼ਰਧਾਲੂ ਇੱਥੋਂ ਨਾਮ ਦਾ ਅੰਮ੍ਰਿਤ ਪੀਤਾ ਪਵ ਸਾਗਰ ਤੋਂ ਤਰ ਗਿਆ ਜਿਨੇ ਦੀਦਾਰ ਬਾਬਿਆਂ ਦਾ ਬਾਬਾ ਜੀ ਮੇਰੇ ਬਾਬਾ ਜੀ।